ਇਹ ਜਾਣ ਬੁੱਝ ਕੇ ਸਿਰਫ ਤੰਗ ਪਰੇਸ਼ਾਨ ਕਰਨ ਨੂੰ, ਹੌਸਲਾ ਤੋੜਨ ਨੂੰ, ਜਦੋਂ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਜਿੱਥੇ ਪਤਾ ਹੁੰਦਾ ਇਹਨਾਂ ਨੂੰ ਮੋਦੀ ਨੂੰ ਬੀਜੇਪੀ ਨੂੰ ਵੀ ਅਸੀਂ ਹਾਰਨਾ, ਉਦੋਂ ਇਹਨਾਂ ਹੱਥਕੰਡਿਆਂ ਦੇ ਉੱਤੇ ਆ ਜਾਂਦੇ ਆ। ਇੱਕ ਕਿਸਮ ਦਾ ਜਲੀਲ ਕਰਨ ਵਾਲੀ ਗੱਲ ਹੈ, ਕਿਉਂਕਿ ਇਹੋ ਜਿਹੇ ਇੰਸਟੀਟਿਊਸ਼ਨ ਜਿਹੜੇ ਆ ਉਹ ਇੰਨੇ ਖਰਾਬ ਨਹੀਂ ਕਰਨੇ ਚਾਹੀਦੇ ਕਿ ਕਿਸੇ ਵੀ ਸਰਕਾਰਾਂ ਦਾ ਹੱਥ ਕੋਈ ਕਵਰ। ਮੌਜੂਦਾ ਸਮੇਂ 'ਚ ਕਾਂਗਰਸ ਚਿੰਤਾ 'ਚ ਨਜ਼ਰ ਆ ਰਹੀ ਹੈ, ਕਿਉਂਕਿ ਈਡੀ ਦੀ ਲਗਾਤਾਰ ਕਾਰਵਾਈ ਹੋ ਰਹੀ ਹੈ, ਚਾਹੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਹੋਣ ਜਾਂ ਵਿਧਾਇਕ ਹੋਣ, ਔਰ ਇੱਥੋਂ ਤੱਕ ਕਿ ਹਾਈ ਕਮਾਂਡ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ 'ਤੇ ਵੀ ਈਡੀ ਦੀ ਜਾਂਚ ਚੱਲ ਰਹੀ ਹੈ। ਇਸੇ ਨੂੰ ਮੁੱਖ ਰੱਖਦਿਆਂ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਦਿੱਲੀ ਦੇ ਵਿੱਚ ਪੰਜਾਬ ਦੇ ਵਿਧਾਇਕ ਅਤੇ ਲੋਕ ਸਭਾ ਮੈਂਬਰ ਵੀ ਸ਼ਾਮਲ ਹੋਏ ਨੇ। ਮੀਟਿੰਗ ਚੱਲ ਰਹੀ ਹੈ, ਪਰ ਉਸ ਤੋਂ ਪਹਿਲਾਂ ਕਾਂਗਰਸ ਦੀ ਲੀਡਰਸ਼ਿਪ ਈਡੀ ਦੀ ਕਾਰਵਾਈ 'ਤੇ ਕੀ ਕਹਿ ਰਹੀ ਹੈ, ਆਓ ਸੁਣਦੇ ਹਾਂ। ਸਰ, ਲਗਾਤਾਰ ਸੇਵਾ ਦੇਣਾ ਈਡੀ ਵੱਲੋਂ, ਪੁੱਛਗਿੱਛ ਦਾ ਕਿਵੇਂ ਦੇਖਦੇ ਹੋ ਸਰ? ਦੇਖੋ, ਇਹਦੇ ਵਿੱਚ ਹੈ ਕੁਛ ਨਹੀਂ, ਕੱਢਣ ਪਾਉਣ ਨੂੰ ਕੁਛ ਨਹੀਂ ਗਾ, ਈਡੀ ਦਾ ਇਹਦੇ ਵਿੱਚ ਲੈਣਾ ਦੇਣਾ ਕੁਛ ਨਹੀਂ। ਇਹ ਜਾਣ ਬੁੱਝ ਕੇ ਸਿਰਫ ਤੰਗ ਪਰੇਸ਼ਾਨ ਕਰਨ ਨੂੰ, ਹੌਸਲਾ ਤੋੜਨ ਨੂੰ, ਜਦੋਂ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਜਿੱਥੇ ਪਤਾ ਹੁੰਦਾ ਇਹਨਾਂ ਨੂੰ ਮੋਦੀ ਨੂੰ ਬੀਜੇਪੀ ਨੂੰ ਵੀ ਅਸੀਂ ਹਾਰਨਾ, ਉਦੋਂ ਇਹਨਾਂ ਹੱਥਕੰਡਿਆਂ ਦੇ ਉੱਤੇ ਆ ਜਾਂਦੇ ਆ। ਕੋਈ ਗੱਲ ਨਹੀਂ, ਜਦੋਂ ਵੀ ਜ਼ੋਰ ਜ਼ੁਲਮ ਦੇ ਨਾਲ ਟੱਕਰ ਹੁੰਦੀ, ਸੱਚਾਈ ਦੀ ਜਿੱਤ ਹੁੰਦੀ ਆ, ਇਹਦੇ ਵਿੱਚ ਅਸੀਂ ਜਿੱਤ ਕੇ ਨਿਕਲਾਂਗੇ। ਇਹ ਪਿਛਲੇ ਮੈਂ 5 ਦਿਨ ਤੋਂ ਵੇਖ ਰਿਹਾ, ਰੋਜ਼ ਸਾਨੂੰ ਅਰੈਸਟ ਕਰਦੇ ਆ, ਕਿਸੇ ਨੂੰ ਬਸੰਤ ਕੁੰਜ ਠਾਣੇ, ਕਿਸੇ ਨੂੰ ਕਿਸੇ ਠਾਣੇ, ਜਾਂ ਇੱਦਾਂ ਕਰਕੇ ਜਿਹੜਾ ਵਾ ਇਹ ਰਾਤ ਵੀ ਸਾਨੂੰ 1 ਵਜੇ ਛੱਡਿਆ। ਇਹ ਇੱਕ ਬਹੁਤ ਘਟੀਆ ਪੱਧਰ ਦੀ ਰਾਜਨੀਤੀ ਦੇ ਉੱਤਰ ਆਏ ਆ। ਮੈਂ ਸਮਝਦਾ ਜਿੰਨੀ ਇਹਨਾਂ ਗੰਧਲੀ ਰਾਜਨੀਤੀ ਕਰ ਦਿੱਤੀ ਆ, ਤਾਂ ਜਿੱਦਾਂ ਗੰਧਲਾ ਮਾਹੌਲ ਬਣਾਤਾ ਵਾ, ਇਹ ਇਹਦੇ ਵਿੱਚ ਇਨਕਲਾਬ ਆਊਗਾ, ਬੀਜੇਪੀ ਨੂੰ ਜੜ੍ਹਾਂ ਤੋਂ ਖੇਡ ਦੂ। ਅੱਜ ਹਰ ਪਾਸੇ ਡਰ ਦਾ ਭੈ ਦਾ ਮਾਹੌਲ ਆ, ਲੋਕ ਜਿਹੜੇ ਆ ਤੁਸੀਂ ਵੇਖੋ, ਨੌਜਵਾਨ ਹੀ ਮੋਦੀ ਸਾਹਿਬ ਨੂੰ ਇੱਥੇ ਉਹਨਾਂ ਦੀ ਸਰਕਾਰ ਲਿਆਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਨੌਜਵਾਨਾਂ ਦਾ ਸੀ। ਅੱਜ ਨੌਜਵਾਨ ਜਿਹੜੇ ਆ ਉਹ ਹਰ ਥਾਂ ਪ੍ਰਦਰਸ਼ਨ ਕਰ ਰਹੇ। ਪਹਿਲੀ ਵਾਰ ਹੋਇਆ ਕਿ ਜਦੋਂ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਆ ਉਹ ਨਰਿੰਦਰ ਮੋਦੀ ਜੀ ਕਰ ਰਹੇ ਨੇ, ਔਰ ਮੈਂ ਗੱਲ ਕਹਿੰਦਾ ਕਿ ਜਿਹੜੀਆਂ ਇਹ ਗੰਢਾਂ ਜਿਹੜੀਆਂ ਅਸੀਂ ਹੱਥ ਨਾਲੇ ਦੇ ਰਹੇ ਨੇ, ਇਹ ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ, ਕਿਉਂਕਿ ਕੋਈ ਵੀ ਕਾਰਵਾਈ ਕਰਨੀ ਹੈ, ਜੇ ਕੋਈ ਕਿਸੇ 'ਤੇ ਕੋਈ ਮੁਕੱਦਮਾ ਦਰਜ ਕਰਨਾ ਹੈ, ਤਾਂ ਮੈਂ ਨਹੀਂ ਵੇਖਿਆ ਜੇ ਤੱਕ ਕਿ ਇੰਨਾ ਟਾਈਮ ਲੱਗਦਾ ਹੋਵੇ। ਇਹ ਸਿਰਫ ਇੱਕ ਤਰ੍ਹਾਂ ਦੀ ਹਰਾਸਮੈਂਟ ਹੈ, ਪਰ ਇਹ ਹੈ ਕਿ ਰਾਹੁਲ ਗਾਂਧੀ ਜੀ ਇੱਕ ਯੋਧੇ ਨੇ ਔਰ ਸਾਡੇ ਇੱਕ ਤਰ੍ਹਾਂ ਦੇ ਸੈਨਾਪਤੀ ਨੇ, ਉਹਨਾਂ ਨਾਲ ਵੇਖ ਕੇ ਜਿਹੜੀ ਅੱਜ ਜਿਹੜੀਆਂ ਮਗਰ ਫੌਜਾਂ ਜਿਹੜੀਆਂ ਜਥੇ ਜਿਹੜੇ ਆ ਰਹੇ ਨੇ, ਅੱਜ ਸਾਡੇ MLA ਸਾਹਿਬ ਨੇ ਸੁਖਵਿੰਦਰ ਕੋਟਲੀ ਜੀ ਆਦਮਪੁਰ ਤੋਂ ਲੱਤ ਟੁੱਟੀ ਹੋਣ ਦੇ ਬਾਵਜੂਦ ਵੀ ਅੱਜ ਵਾਕਰ ਲੈ ਕੇ ਇੱਥੇ ਪਹੁੰਚੇ ਨੇ, ਔਰ ਮੈਂ ਗੱਲ ਕਹਿੰਦਾ ਕਿ ਇੱਕ ਕਾਂਗਰਸੀ ਵਰਕਰਾਂ ਦੇ ਵਿੱਚ ਇੱਕ ਜਜ਼ਬਾ ਹੈ, ਔਰ ਇਹ ਜਜ਼ਬੇ ਨੂੰ ਕਦੀ ਢਾਹ ਨਹੀਂ ਲੱਗ ਸਕਦੀ, ਚਾਹੇ 4 ਦਿਨ ਹੋਰ ਈਡੀ ਤੰਗ ਕਰ ਲਏ, ਪਰ ਇਹ ਹੈ ਕਿ ਬਿਲਕੁਲ ਜਿਹੜਾ ਇਨਸਾਫ ਜਿਹੜਾ ਹੈ ਕਿ ਬੇਗਨਾਹ ਹੋ ਕੇ ਰਾਹੁਲ ਗਾਂਧੀ ਜੀ ਕਲੀਨ ਚਿੱਟ ਮਿਲ ਕੇ ਉੱਥੋਂ ਨਿਕਲਣਗੇ, ਜੋ ਪਾਰਟੀ ਪ੍ਰੋਗਰਾਮ ਦਊਗੀ ਉਸ ਪ੍ਰੋਗਰਾਮ ਦੇ ਉੱਤੇ ਕੰਮ ਕਰਾਂਗੇ। ਸੰਗਰੂਰ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਕਿ ਪਹਿਲੀ ਵਾਰ ਹੋਇਆ ਕਿ ਠੀਕ ਹੈ ਕਿ ਲੋਕ ਸਰਕਾਰਾਂ ਨੂੰ ਮਾੜਾ ਤਾਂ ਕਹਿੰਦੇ ਨੇ, ਕਿਉਂਕਿ ਸਰਕਾਰ ਜਦੋਂ ਸਰਕਾਰਾਂ ਕੰਮ ਨਹੀਂ ਕਰਦੀਆਂ ਤੇ ਉਹਨਾਂ ਨੂੰ ਵੇਖ ਕੇ ਲੋਕ ਕਹਿੰਦੇ ਨੇ ਕਿ ਯਾਰ ਕਿ ਇਹਨਾਂ ਨੂੰ ਐਕਤੀ ਬਦਲਣ ਦੀ ਲੋੜ ਆ, ਪਰ ਐਕਤੀ ਪਹਿਲੀ ਵਾਰ ਹੋਇਆ ਕਿ ਅੱਜ 90 ਦਿਨ ਹੋ ਗਏ ਨੇ ਸਰਕਾਰ ਬਣੀ ਨੂੰ, ਔਰ 90 ਦਿਨਾਂ ਦੇ ਵਿੱਚ ਜੋ ਤੁਸੀਂ ਸੋਸ਼ਲ ਮੀਡੀਆ 'ਤੇ ਜੋ ਵੇਖ ਲਿਆ, ਜੋ ਵਿਰੋਧ ਹੋ ਰਿਹਾ ਭਗਵੰਤ ਮਾਨ ਦਾ, ਉਹਨਾਂ ਦੇ ਲੀਡਰਾਂ ਦਾ, ਜੋ MLA ਨਾਲ ਜੋ ਕੁਛ ਉੱਥੇ ਲੋਕ ਕਰ ਰਹੇ ਨੇ, ਉਹ ਤਾਂ ਹੀ ਕਰ ਰਹੇ ਨੇ ਕਿਉਂਕਿ ਲੋਕਾਂ ਨੂੰ ਉਹਨਾਂ ਨੇ ਇੱਕ ਜਿਹੜੇ ਝੂਠ ਦੇ ਜਿਹੜੇ ਗੁਬਾਰੇ ਜਿਹੜੇ ਸੀਗੇ ਜਿਹੜੇ ਉਹਨਾਂ ਨੇ ਦਿਖਾਏ ਸੀਗੇ ਕਿ ਅਸੀਂ ਨੌਕਰੀਆਂ ਦੇਵਾਂਗੇ, ਅਸੀਂ ਆਹ ਕਰਾਂਗੇ, ਔਰ ਦਵਾਈ ਅਤੇ ਪੜ੍ਹਾਈ ਦੀ ਗੱਲ ਕਰਦੇ ਸੀ ਉਹ ਮੁਫ਼ਤ ਕਰਾਂਗੇ, ਪਰ ਉਹ ਤਾਂ ਨਹੀਂ ਮੁਫ਼ਤ ਕੀਤੇ, ਇਹਦੇ ਨਾਲ ਮਹੱਲਾ ਕਲੀਨਿਕ ਤਾਂ ਨਹੀਂ ਖੋਲ੍ਹੇ, ਪਰ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਜ਼ਰੂਰ ਖੋਲ੍ਹ ਦਿੱਤੇ। ਦੇਖੋ, ਜੋ ਪੰਜਾਬ 'ਚ ਹੋ ਰਿਹਾ ਉਹ ਹੀ ਦਿੱਲੀ 'ਚ ਹੋ ਰਿਹਾ, ਔਰ ਜਿਹੜੇ ਆਮ ਟਵਿਸਟ ਕਰਨੇ ਇਹ ਕੋਈ ਹੈਲਦੀ ਡੈਮੋਕ੍ਰੇਸੀ ਦਾ ਵੇ ਨਹੀਂ, ਔਰ ਜੋ ਡੈਮੋਕ੍ਰੇਟਿਕ ਵੇ ਤਾਂ ਸਾਨੂੰ ਕਰਨਾ ਚਾਹੀਦਾ, ਅਤੇ ਜੇ ਦਬਾ ਕੇ ਜਾਂ ਕਰਕੇ ਇਹੋ ਜਿਹੀ ਗੱਲ ਕਰਕੇ ਕਦੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਅੱਗੇ ਨਹੀਂ ਨਿਕਲਦੀਆਂ, ਇਹਨਾਂ ਨੂੰ ਯਾਦ ਹੋਣਾ ਚਾਹੀਦਾ BJP ਨੂੰ ਕਿ 78 ਦੇ ਵਿੱਚ ਇੰਦਰਾ ਗਾਂਧੀ 'ਤੇ ਇਹੀ ਇਹਨਾਂ ਨੇ ਕੀਤਾ ਸੀ, ਅਤੇ ਉਹਦੇ ਬਾਅਦ ਕਾਂਗਰਸ ਹੋਰ ਮਜ਼ਬੂਤ ਹੋ ਕੇ ਨਿਕਲ ਗਈ, ਅਸੀਂ ਹੋਰ ਮਜ਼ਬੂਤ ਹੋ ਕੇ ਨਿਕਲਾਂਗੇ। ਇੰਸਟੀਟਿਊਸ਼ਨਸ ਨੂੰ ਆਪਾਂ ਇਸ ਲੈਵਲ ਤੱਕ ਨਾ ਲੈ ਜਾਈਏ ਵੀ ਇਸ ਕੰਟਰੀ ਦੇ ਵਿੱਚ ਕਿਸੇ ਦਾ ਵਿਸ਼ਵਾਸ ਕਿਸੇ ਤੋਂ ਚੱਕਿਆ ਜਾਵੇ। ਸੋ ਅੱਜ ਇਹ ਬਹੁਤ ਮਾੜੀ, ਕਿਉਂਕਿ ਮੈਂ ਨਹੀਂ ਕਹਿੰਦਾ ਇਨਵੈਸਟੀਗੇਸ਼ਨ ਕਰ ਲਓ, ਬਟ ਐਟ ਦਾ ਸੇਮ ਟਾਈਮ ਜਿਹੜਾ ਰੋਜ਼ 10-10, 12-12 ਘੰਟੇ ਜਿਹੜਾ ਜਾ ਕੇ ਇੱਕ ਕਿਸਮ ਦਾ ਜਲੀਲ ਕਰਨ ਵਾਲੀ ਗੱਲ ਹੈ, ਕਿਉਂਕਿ ਇਹੋ ਜਿਹੇ ਇੰਸਟੀਟਿਊਸ਼ਨ ਜਿਹੜੇ ਆ ਉਹ ਇੰਨੇ ਖਰਾਬ ਨਹੀਂ ਕਰਨੇ ਚਾਹੀਦੇ ਵੀ ਕਿਸੇ ਵੀ ਸਰਕਾਰਾਂ ਦਾ ਹੱਥ ਕੋਈ ਕਵਰ।